ਆਟੋ ਰਿਕਸ਼ਾ ਵਾਲੇ ਨੇ ਦਿੱਤਾ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ। ਪਹਿਲਾਂ ਲੈ ਗਿਆ ਕੁੜੀ ਨੂੰ ਕਿਸੇ ਸੁਨਸਾਨ ਥਾਂ ਤੇ, ਉਸ ਤੋਂ ਬਾਅਦ ਉਤਾਰਿਆ ਮੌਤ ਦੇ ਘਾਟ, ਉਸ ਤੋਂ ਬਾਅਦ ਵੀ ਜਦੋਂ ਜੀ ਨਾ ਭਰਿਆ ਤਾਂ ਉਸਦਾ ਦੋ ਵਾਰ ਕੀਤਾ ਜਬਰ ਜਨਾਹ। ਪੁਲਿਸ ਨੇ ਕੀਤਾ ਕੁੜੀ ਦੀ ਮ੍ਰਿਤਕ ਦੇਹ ਨੂੰ ਬਰਾਮਦ। ਆਰੋਪੀ ਆਟੋ ਰਿਕਸ਼ਾ ਵਾਲੇ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮ੍ਰਿਤਕ ਦੇਹ ਨੂੰ ਲੁਕੋਇਆ ਝਾੜੀਆਂ ਦੇ ਵਿੱਚ। ਦਿਲ ਨੂੰ ਦਹਿਲਾ ਦੇਣ ਵਾਲੀ ਸ਼ਰਮਨਾਕ ਹਰਕਤ ਸਾਹਮਣੇ ਆ ਰਹੀ ਹੈ, ਜਿਸ ਨੂੰ ਅੰਜਾਮ ਦਿੱਤਾ ਗਿਆ ਇੱਕ ਆਟੋ ਚਾਲਕ ਦੇ ਵੱਲੋਂ। ਗੁਰਦਾਸਪੁਰ ਦੀ ਰਹਿਣ ਵਾਲੀ ਕੁੜੀ ਦੱਸੀ ਜਾ ਰਹੀ ਹੈ, ਜੋ ਕਿ 25 ਦਸੰਬਰ ਨੂੰ ਕ੍ਰਿਸਮਿਸ ਦਾ ਪ੍ਰੋਗਰਾਮ ਵੇਖਣ ਆਈ ਸੀ, ਜਿਸ ਨੂੰ ਆਟੋ ਚਾਲਕ ਇੱਕ ਸੁਨਸਾਨ ਥਾਂ ਤੇ ਲੈ ਜਾਂਦਾ ਤੇ ਉਸ ਤੋਂ ਬਾਅਦ ਉਸਨੂੰ ਮੌਤ ਦੇ ਘਾਟ ਉਤਾਰ ਦਿੰਦਾ। ਬੜੀ ਹੀ ਬੇਰਹਿਮੀ ਦੇ ਨਾਲ ਨਸ਼ੇ ਦੀ ਹਾਲਤ ਦੇ ਵਿੱਚ ਧੁੱਤ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਵੀ ਜਦੋਂ ਬੇਰਹਿਮ ਦਾ ਦਿਲ ਨਹੀਂ ਭਰਦਾ ਤਾਂ ਉਸ ਤੋਂ ਬਾਅਦ ਉਸਦਾ ਜਬਰ ਜਨਾਹ ਕੀਤਾ ਜਾਂਦਾ ਤੇ ਉਸਦੀ ਲਾਸ਼ ਨੂੰ ਝਾੜੀਆਂ ਦੇ ਵਿੱਚ ਸੁੱਟ ਕੇ ਹੀ ਆਟੋ ਚਾਲਕ ਫਰਾਰ ਹੋ ਜਾਂਦਾ, ਜਿਸ ਨੂੰ ਪੁਲਿਸ ਦੇ ਵੱਲੋਂ ਬਰਾਮਦ ਕਰ ਲਿੱਤਾ ਗਿਆ। ਤੇ ਦੂਜੇ ਪਾਸੇ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਨੇ ਕਿ ਕਿੰਨੀ ਬੇਰਹਿਮੀ ਦੇ ਨਾਲ ਜਿਹੜੀ ਕੁੜੀ ਦੀ ਮ੍ਰਿਤਕ ਦੇ ਬਰਾਮਦ ਹੋਈ ਆ ਉਸ 'ਤੇ ਨਿਸ਼ਾਨ ਪਾਏ ਗਏ ਨੇ ਤੇ ਕਿਸ ਤਰੀਕੇ ਦੇ ਨਾਲ ਇਹ ਸਾਰੀ ਦੀ ਸਾਰੀ ਘਟਨਾ ਨੂੰ ਇੱਕ ਆਟੋ ਚਾਲਕ ਦੇ ਵੱਲੋਂ ਬੇਰਹਿਮੀ ਦੇ ਨਾਲ ਅੰਜਾਮ ਦਿੱਤਾ ਗਿਆ ਸੁਣ ਕੇ ਇੱਕ ਵਾਰ ਤੁਹਾਡੀ ਵੀ ਰੂਹ ਦਹਿਲਾ ਉੱਠੇਗੀ। ਸੁਣੋ ਜ਼ਰਾ ਪੁਲਿਸ ਅਧਿਕਾਰੀ ਦਾ ਬਿਆਨ। ਹਾਂ, ਲਾਂਬੜਾ ਦੇ ਵਿੱਚ ਨਾ ਇਹ SHO ਸਾਹਿਬ ਨੂੰ ਜਤਿੰਦਰ ਜੀ ਉਹਨਾਂ ਨੂੰ ਨਾ ਇੱਕ ਸੂਚਨਾ ਮਿਲੀ ਸੀਗੀ 26 ਤਰੀਕ ਨੂੰ ਕਿ ਇੱਕ ਲੜਕੀ ਦੀ ਜਿਹੜੀ ਲਾਸ਼ ਉੱਥੇ ਪਈ ਹੈ ਗੱਦੋਵਾਲੀ ਦੇ ਲਾਗੇ ਬੇਵਾਦ ਜਗ੍ਹਾ ਦਿੱਤੇ, ਇਹਨਾਂ ਨੇ ਉਹਨੂੰ ਲਾਸ਼ ਨੂੰ ਕਬਜ਼ਾ ਦੇ ਵਿੱਚ ਲਿਆ। ਕਬਜ਼ਾ ਵਿੱਚ ਲੈਣ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ ਕੀਤੀ ਅਤੇ ਜਿਹੜੀ ਲੜਕੀ ਸੀਗੀ ਉਹ ਸ਼ਮਾ ਗੁਰਦਾਸਪੁਰ ਦੀ ਰਹਿਣ ਵਾਲੀ ਲੜਕੀ ਸੀ। 25 ਤਰੀਕ ਨੂੰ ਉਹ ਆਪਣੀਆਂ ਜਿਹੜੀਆਂ ਧਾਰਮਿਕ ਇਸ਼ਾਵਾਂ ਦੇ ਮੁਤਾਬਕ ਉਹ ਲਾਂਬੜਾ ਜਿਹੜੀ ਖਾਂਬੜਾ ਚਰਚ ਸੀਗੀ ਉੱਥੇ ਉਹਨੇ ਆਪਣਾ ਮੱਥਾ ਟੇਕਣਾ ਸੀਗਾ ਅਤੇ ਉਹ ਇਲਾਕੇ ਦੀ ਨਾ ਜਾਣਕਾਰ ਹੋਣ ਕਰਕੇ ਇੱਥੇ ਆਈ ਸੀਗੀ। ਉਹਨੇ ਆਟੋ ਲਿਆ, ਆਟੋ ਦੇ ਵਿੱਚ 3 ਸਵਾਰੀਆਂ ਬੈਠੀਆਂ ਸੀਗੀਆਂ ਅਤੇ ਉਹਨਾਂ ਵਿੱਚੋਂ 2 ਸਵਾਰੀਆਂ ਆਪਣੀ ਜਗ੍ਹਾ ਦੇ ਉੱਤੇ ਉਤਰ ਗਈਆਂ। ਲੜਕੀ ਇਕੱਲੀ ਹੋ ਗਈ, ਦੁਪਹਿਰ ਦਾ ਟਾਈਮ ਸੀ 1 ਵਜੇ ਦਾ। ਇਹ ਜਿਹੜਾ ਪ੍ਰਿੰਸ ਹੈਗਾ, ਜਿਹੜਾ ਕਾਤਲ ਹੈ, ਜੋ ਅਸੀਂ ਇਨਵੈਸਟੀਗੇਸ਼ਨ ਤੋਂ ਬਾਅਦ ਡਿਟੈਕਟ ਇਹਨੂੰ ਅਸੀਂ ਡਿਟੈਕਟ ਕੀਤਾ ਔਰ ਇਹਨੂੰ ਗ੍ਰਿਫਤਾਰ ਕੀਤਾ। ਇਹਨੇ ਇਹ ਆਟੋ ਦਾ ਚਾਲਕ ਹੈਗਾ, ਇਹਨੇ ਕੀ ਕੀਤਾ ਕਿ ਆਟੋ ਨੂੰ ਬੇਵਾਦ ਜਗ੍ਹਾ ਪਹਿਲੇ ਉੱਧਰ ਘਾਹ ਮੰਡੀ ਵਾਲੀ ਸਾਈਡ 'ਤੇ ਲੈ ਗਿਆ। ਲੜਕੀ ਨੇ ਫਿਰ ਇਹਨੂੰ ਕਿਹਾ ਵੀ ਤੁਸੀਂ ਕਿੱਧਰ ਲਈ ਜਾਂਦੇ ਹੋ, ਇਹ ਕਹਿੰਦਾ ਵੀ ਇੱਧਰ ਦੀ ਸ਼ੋਟ ਪੈਣਾ ਅਤੇ ਆਪਾਂ ਮਤਲਬ ਖਾਂਬੜਾ ਚਰਚ ਇੱਧਰ ਪਹੁੰਚ ਜਾਣਾ। ਫਿਰ ਇਹ ਮਤਲਬ ਇਹਨੇ ਕੀਤਾ ਗੱਦੋਵਾਲੀ ਵਾਲੀ ਸਾਈਡ 'ਤੇ ਤਰਾਣਾ ਪਿੰਡ ਦੇ ਲਾਗੇ ਇੱਕ ਬੇਵਾਦ ਜਗ੍ਹਾ ਸੀਗੀ, ਉੱਥੇ ਉਹਨੇ ਆਟੋ ਨੂੰ ਆਣ ਕੇ ਖੜਾ ਕਰ ਦਿੱਤਾ ਅਤੇ ਇੱਕ ਡਰਾਮਾ ਕੀਤਾ ਵੀ ਆਟੋ ਮੇਰਾ ਖਰਾਬ ਹੋ ਗਿਆ। ਔਰ ਲੜਕੀ ਦੀ ਉਹ ਪਿਛਲੀ ਸੀਟ ਦੇ ਉੱਤੇ ਬੇਵਾਦ ਜਗ੍ਹਾ ਸੀਗੀ, ਉੱਥੇ ਆਉਣ ਜਾਣ ਦਾ ਰਸਤਾ ਆਮ ਨਹੀਂ ਸੀਗਾ, ਧੁੰਦ ਪਈ ਹੋਈ ਸੀ ਉਸ ਦਿਨ ਅਤੇ ਇਹਨੇ ਕੀ ਕੀਤਾ ਕਿ ਉਹ ਪਿੱਛੇ ਚਲਾ ਗਿਆ। ਜਦੋਂ ਪਿੱਛੇ ਚਲਾ ਗਿਆ ਅਤੇ ਇਹਨੇ ਲੜਕੀ ਦੇ ਨਾਲ ਜਿਹੜਾ ਰੇਪ ਕਰਨ ਦੀ ਪਹਿਲਾਂ ਕੋਸ਼ਿਸ਼ ਕੀਤੀ ਅਤੇ ਲੜਕੀ ਨੇ ਇਹਦਾ ਵਿਰੋਧ ਕੀਤਾ ਅਤੇ ਇਹਨੇ ਉਹਦਾ ਜਿਹੜਾ ਸੰਗੀ ਸੀਗੀ ਉਹਦੇ 'ਤੇ ਹੱਥ ਰੱਖ ਦਿੱਤਾ ਅਤੇ ਲੜਕੀ ਉਸੇ ਆਟੋ ਦੇ ਵਿੱਚ ਹੀ ਮਰ ਗਈ, ਉਹਦੀ ਜੀਭ ਬਾਹਰ ਆ ਗਈ। ਫਿਰ ਇਹਨੇ ਉਹਨੂੰ ਲੜਕੀ ਨੂੰ ਉਤਾਰ ਕੇ ਅਤੇ ਇੱਕ ਸਾਈਡ ਦੇ ਉੱਤੇ ਮਤਲਬ ਜਿਹੜਾ ਹੈਗਾ ਥੋੜ੍ਹੀ ਨੀਵੀਂ ਜਗ੍ਹਾ ਦੇ ਉੱਤੇ ਇਹਨੇ ਕਰਨ ਤੋਂ ਬਾਅਦ ਫਿਰ ਇਹਨੇ ਆਲਾ ਦੁਆਲਾ ਦੇਖ ਕੇ ਅਤੇ ਉਹ ਉਹਦੇ ਨਾਲ ਮਰੀ ਹੋਏ ਦੇ ਨਾਲ ਫਿਰ ਇਹਨੇ ਜਿਹੜਾ ਹੈਗਾ ਆਪਣੀ ਇੱਛਾ ਪੂਰਤੀ ਕੀਤੀ, ਉਹਦੇ ਨਾਲ ਸੈਕਸ ਕੀਤਾ। ਉਸ ਤੋਂ ਬਾਅਦ ਇਹ ਉਹਨੂੰ ਛੱਡ ਕੇ ਅਤੇ ਵਾਪਸ ਆ ਗਿਆ। ਫਿਰ ਇਹਨੇ ਸ਼ਰਾਬ ਬਹੁਤ ਜ਼ਿਆਦਾ ਪੀਤੀ ਹੋਈ ਸੀਗੀ ਉਸ ਦਿਨ। ਉਸ ਤੋਂ ਬਾਅਦ 2-3 ਘੰਟਿਆਂ ਦੇ ਬਾਅਦ ਫਿਰ ਇਹ ਉਸੇ ਜਗ੍ਹਾ ਉੱਤੇ ਗਿਆ, ਉਸੇ ਲੋਕੇਸ਼ਨ ਉੱਤੇ ਗਿਆ ਜਿੱਥੇ ਉਹ ਲੜਕੀ ਸ਼ਮਾ ਮਰੀ ਪਈ ਸੀਗੀ। ਫਿਰ ਇਹਨੇ ਜਾ ਕੇ ਉਹਦੇ ਨਾਲ 3 ਘੰਟਿਆਂ ਬਾਅਦ ਫਿਰ ਜਾ ਕੇ ਸੈਕਸ ਕਰਕੇ ਆਇਆ। ਉਸ ਤੋਂ ਬਾਅਦ ਫਿਰ ਕਿਸੇ ਅਣਜਾਣ ਵਿਅਕਤੀ ਨੇ ਜਦੋਂ ਦੇਖਿਆ ਵੀ ਇੱਥੇ ਲੜਕੀ ਦੀ ਲਾਸ਼ ਪਈ ਆ, ਉਹਨੇ ਫਿਰ ਇਤਲਾਹ ਕੀਤੀ। ਫਿਰ ਇਹ ਅਗਲੇ ਦਿਨ 26 ਤਰੀਕ ਨੂੰ ਪੁਲਿਸ ਨੇ ਆਪਣੀ ਐਕਸ਼ਨ 'ਚ ਆਈ ਪੁਲਿਸ,
ਇਹਨਾਂ ਨੇ ਫਿਰ ਉਹ ਲੜਕੀ ਦਾ ਪਹਿਲੇ ਆਈਡੈਂਟੀਫਿਕੇਸ਼ਨ ਕੀਤੀ, ਉਹਦਾ ਮੋਬਾਈਲ ਸੀਗਾ ਲੜਕੀ ਦਾ, ਉਹਦਾ ਪਰਸ ਸੀਗਾ ਅਤੇ ਜਿਵੇਂ ਕੈਰੀ ਬੈਗ ਸੀਗਾ। ਉਸ ਤੋਂ ਫਿਰ ਉਹਦੇ ਘਰ ਦਾ ਸਾਰਾ ਗੁਰਦਾਸਪੁਰ ਦੀ ਰਹਿਣ ਵਾਲੀ ਉਹਦਾ ਐਡਰੈਸ ਵਗੈਰਾ ਕੱਢਿਆ, ਫਿਰ ਤਾਲਮੇਲ ਕੀਤਾ, ਫਿਰ ਇਹ ਸਾਰਾ ਜਿਹੜਾ ਇਨਵੈਸਟੀਗੇਸ਼ਨ ਰੂਟ ਪਲੈਨ ਹੋਇਆ ਉਹਦੇ ਵਿੱਚ ਫਿਰ ਇਹ ਬੰਦਾ ਜਿਹੜਾ ਹੈਗਾ ਸਾਨੂੰ ਟਾਰਗੇਟ ਹੋ ਗਿਆ।